ਦੇਖ ਲਓ ਤੁਸੀਂ, ਲੋਕ ਦੀ ਥਾਂ ਤੇ ਕੁੰਡੀ ਲਾਈ ਹੋਈ ਹੈ, ਵੀ ਇਹ ਕੁੰਡੀ ਖੋਲਣੀ ਹੈ। ਪੈਰਾਂ ਦਾ ਹਾਲ ਦੇਖ ਲਓ ਕਿਵੇਂ ਭੱਜੇ ਫਿਰਦੇ ਨੇ। ਆ ਇੱਕ ਟਾਇਰ ਹੈ ਤਾਂ ਅਸੀਂ ਸਿਵਲ ਹੋਸਪਿਟਲ ਚੋਂ ਲੈ ਕੇ ਪਾਇਆ ਹੈ। ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਮੈਂ ਜਤਿੰਦਰ ਸਿੰਘ, ਡਰਾਈਵਰ ਤੌਰ ਤੇ ਮੈਂ ਡਿਊਟੀ ਕਰਦਾ ਵਾਂ 108 ਐਂਬੂਲੈਂਸ ਤੇ। ਇਹ ਆਪਣੀ ਐਲਐਸ ਐਂਬੂਲੈਂਸ ਸਿਵਲ ਹੋਸਪਿਟਲ ਫਤਿਹਗੜ੍ਹ ਸਾਹਿਬ VIP ਡਿਊਟੀਆਂ ਤੇ ਚੱਲਦੀ ਹੈ, ਤੇ ਇਹਦਾ ਹਾਲ ਤੁਹਾਨੂੰ ਦਿਖਾਉਂਦੇ ਆ ਸਾਰੇ ਦੁਨੀਆਦਾਰੀ ਨੂੰ ਵੀ ਇਹ ਆਪਣੇ ਯੋਗਦਾਨ ਕੀ ਪਾ ਰਹੀ ਹੈ। ਇਹ ਸਭ ਤੋਂ ਪਹਿਲਾਂ ਜੀ ਲੋਕ ਦੇਖ ਲਓ ਤੁਸੀਂ, ਲੋਕ ਦੀ ਥਾਂ ਤੇ ਕੁੰਡੀ ਲਾਈ ਹੋਈ ਹੈ ਵੀ ਇਹ ਕੁੰਡੀ ਖੋਲਣੀ ਹੈ ਤਾਂ ਪੇਸ਼ੈਂਟ ਇਹ ਅੰਦਰ ਜਾਣਾ। ਉਸ ਤੋਂ ਬਾਅਦ ਅੰਦਰ ਕੁੰਡੀ ਨਹੀਂ ਲੱਗਦੀ ਹੈਗੀ, ਅੰਦਰ ਦੋ ਤਿੰਨ ਵਾਰ ਸਟਾਫ ਨੇ ਅਸੀਂ ਇਹ ਚੇਂਜ ਕਰਵਾ ਚੁੱਕੇ ਹਾਂ, ਠੀਕ ਹੈ। ਅੰਦਰ ਕੁੰਡੀ ਟੁੱਟ ਜਾਂਦੀ ਹੈ, ਪੇਸ਼ੈਂਟ ਅੰਦਰੋਂ ਜੇ ਬਾਈ ਚਾਂਸ ਸਾਡਾ EMT ਨਾਲ ਬੈਠਾ ਅੰਦਰੋਂ ਕੁੰਡੀ ਨਹੀਂ ਖੋਲ ਸਕਦਾ, ਡਰਾਈਵਰ ਹੀ ਆ ਕੇ ਖੋਲੇਗਾ। ਉਸ ਤੋਂ ਬਾਅਦ ਜਿਹਦੇ ਉੱਤੇ ਪੇਸ਼ੈਂਟ ਪੈਣਾ ਹੈ ਉਹਦਾ ਹਾਲ ਦੇਖ ਲਓ, ਠੀਕ ਹੈ। ਉਹਦੇ ਬਾਰੇ ਤੁਹਾਨੂੰ ਚਾਨਣਾ ਪਾਈਏ। ਆਹ ਦੇਖ ਲਓ ਪੈਰਾਂ ਦਾ ਹਾਲ ਦੇਖ ਲਓ ਕਿਵੇਂ ਭੱਜੇ ਫਿਰਦੇ ਨੇ। ਆ ਇੱਕ ਟਾਇਰ ਤਾਂ ਅਸੀਂ ਸਿਵਲ ਹੋਸਪਿਟਲ ਚੋਂ ਲੈ ਕੇ ਪਾਇਆ ਹੈ, ਵਿੱਚ ਇਹਦੇ ਕੰਮ ਚਾਲੂ ਕਰਵਾਇਆ ਵੀ ਜਿਹੜਾ ਪੇਸ਼ੈਂਟ ਅਸੀਂ ਸੁਵਿਧਾ ਦੇ ਸਕੀਏ। ਜੇ ਪੇਸ਼ੈਂਟ ਉੱਤੇ ਪਾ ਕੇ ਅਸੀਂ ਰੇੜ ਕੇ ਲੈ ਕੇ ਜਾਂਦੇ ਹਾਂ, ਇਹ ਕਦੇ ਵੀ ਪੇਸ਼ੈਂਟ ਡਿੱਗ ਸਕਦਾ ਜੀ ਉੱਤੋਂ। ਨੰਬਰ 2 ਤੇ ਹੁਣ ਆਪਾਂ ਅੰਦਰ ਬਾਰੇ ਥੋੜਾ ਜਿਹਾ ਚਾਨਣਾ ਪਾ ਦਈਏ। ਇਹ ਆਪਣਾ ਸਕਸ਼ਨ ਮਸ਼ੀਨ, ਠੀਕ ਹੈ। ਇਹ ਸਕਸ਼ਨ ਮਸ਼ੀਨ, ਇਹਦੇ ਵਿੱਚ ਦੇਖੋ ਵੀ ਕੀ ਹਿਸਾਬ ਕਿਤਾਬ ਹੈ, ਪੈਪਾਂ ਟੁੱਟੀਆਂ ਨੇ, ਨੋਟ ਵਰਕ ਵੀ ਚੱਲਦੀ ਨਹੀਂ ਹੈਗੀ, ਜਦੋਂ ਵੀ ਆਈ ਉਦੋਂ ਦੀ ਹੀ ਨਹੀਂ ਚੱਲਦੀ ਹੈਗੀ। ਇਹ ਆ ਗਿਆ ਆਪਣਾ ਵੈਂਟੀਲੇਟਰ, ਵੈਂਟੀਲੇਟਰ ਦੀ ਠੀਕ ਹੈ ਬੈਟਰੀ ਡਾਊਨ ਹੈ, ਬਿਲਕੁਲ ਡਾਊਨ ਹੈ ਬੈਟਰੀ। 3-4 ਵਾਰ ਉੱਚ ਅਧਿਕਾਰੀਆਂ ਨੂੰ ਆਪਾਂ ਐਪਲੀਕੇਸ਼ਨ ਵੀ ਦੇ ਚੁੱਕੇ ਹਾਂ, SMO ਸਰ ਤੋਂ ਵੀ ਆਪਾਂ ਮੇਲ ਕਰਾ ਚੁੱਕੇ ਹਾਂ, ਪਰ ਕੋਈ ਨਹੀਂ ਸੁਣਦਾ ਇਹਦੇ ਬਾਰੇ। ਇਹ ਵੈਂਟੀਲੇਟਰ ਹੈ ਵੀ ਪੇਸ਼ੈਂਟ ਸੀਰੀਅਸ ਹੈ, ਉਹਨੂੰ ਇੱਕ ਆਕਸੀਜਨ ਵੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਦਿੱਤੀ ਜਾ ਸਕਦੀ ਹੈ। ਜਿਹੜਾ ਪੇਸ਼ੈਂਟ ਬਹੁਤ ਜ਼ਿਆਦਾ ਸੀਰੀਅਸ ਵਿੱਚ ਵੀ ਬੰਦਾ ਥੋੜੇ ਸਮਾਂ ਤੇ ਆ, ਉਹ ਵੀ ਅਗਲੇ ਹਸਪੀਟਲ ਰੈਫਰ ਕੀਤਾ ਪਹੁੰਚਾ ਸਕਦੇ ਹਾਂ। ਇਹ ਆਪਣਾ ਆ ਗਿਆ ਮੋਨੀਟਰ, ਇਹਦੇ ਵਿੱਚ ਆ ਮੜਾ ਜਿਹਾ ਸੁੱਚਾ ਦਿਖਾਓ, ਸਾਰਾ ਕੁਝ ਵਿੱਚ ਵੜਿਆ ਹੈ, ਠੀਕ ਹੈ। ਕੋਈ ਇਹ ਚੱਲਦਾ ਨਹੀਂ ਹੈਗਾ, ਇਹਦਾ ਕੋਈ ਵੀ ਕੁਛ ਵੀ ਇਹਦੇ ਵਿੱਚ ਆਪਾਂ ਨਾ ਆਪਾਂ VP ਚੈੱਕ ਕਰ ਸਕਦੇ ਹਾਂ, ਨਾ ਇਹਦੇ ਵਿੱਚ ਪਲਸ ਚੈੱਕ ਕਰ ਸਕਦੇ ਹਾਂ। ਆ ਸਾਰਾ ਕੁਝ ਸੁਵਿਧਾ ਹੈਗੀ ਹੈ, ਪਰ ਇਹ ਚੱਲਣ ਵਿੱਚ ਨੋਟ ਵਰਕ ਹੈ। ਉਸ ਤੋਂ ਬਾਅਦ ਆ ਗਿਆ ਆਹ ਮਸ਼ੀਨ ਹੈ ਜੀ, ਫੈਬਰੀਕੇਟਰ ਵੀ, ਠੀਕ ਹੈ ਜੀ। ਇਹਦੇ ਵਿੱਚ ਕੀ ਹੈ, ਇਹ ਮਸ਼ੀਨ ਵਿੱਚ ਆਪਾਂ ਜੇ ਕੋਈ ਹਾਰਟ ਦਾ ਪੇਸ਼ੈਂਟ ਹੈ ਲਾਸਟ ਸਾਹਾਂ ਤੇ ਹੈ, ਇਹ ਮਸ਼ੀਨ ਦੁਆਰਾ ਆਪਾਂ ਦੇਖੋ ਕਿੰਨੀ ਸੋਹਣੀ ਨਵੀਂ ਮਸ਼ੀਨ ਹੈ, ਇਹ ਮਸ਼ੀਨ ਦੁਆਰਾ ਆਪਾਂ ਕਿਸੇ ਦੀ ਜਾਨ ਬਚਾ ਸਕਦੇ ਹਾਂ। ਪਰ ਇਹ ਵੀ ਬੈਟਰੀ ਵੱਲੋਂ ਬਿਲਕੁਲ ਖਸਤਾ ਹਾਲਤ ਵਿੱਚ ਵਿਚਾਰੀ ਪਈ ਹੈ, ਨਾ ਕੋਈ ਸਟਾਰਟ ਹੁੰਦੀ ਹੈ, ਕੁਛ ਨਹੀਂ ਹੁੰਦੀ ਹੈਗੀ, ਬਿਲਕੁਲ ਬੰਦ। ਜੇ ਆਨ ਕਰਦੇ ਹਾਂ ਕੋਈ ਬੱਤੀ ਤੱਕ ਨਹੀਂ ਜਗਦੀ, ਠੀਕ ਹੈ ਜੀ। ਇਹ ਮਸ਼ੀਨ ਦਾ ਕੀ ਹੈ ਫਾਇਦਾ, ਇਹਦੇ ਵਿੱਚ ਬਿਲਕੁਲ ਆਖਰੀ ਸਾਹਾਂ ਵਿੱਚ ਆਪਾਂ ਬੰਦੇ ਨੂੰ ਬਚਾ ਸਕਦੇ ਹਾਂ, ਉਹਨੂੰ ਨਕਲੀ ਸਾਹ ਦੇ ਸਕਦੇ ਹਾਂ ਇਹਦੇ ਨਾਲ। ਇਹ 25-30 ਹਜ਼ਾਰ ਰੁਪਇਆ ਲਾ ਕੇ ਕੰਪਨੀ ਨੇ ਜਾਂ ਸਰਕਾਰ ਨੇ ਜਿੰਨੇ ਵੀ ਦਿੱਤੀ ਹੈ, ਠੀਕ ਹੈ, ਇੱਕ ਨਗ ਪੂਰਾ ਕੀਤਾ, ਇਹਦੇ ਵਿੱਚ ਹੋਰ ਕੁਛ ਨਹੀਂ ਹੈਗਾ। ਉਸ ਤੋਂ ਬਾਅਦ ਆ ਗਿਆ ਲੈਂਜੋਸਕੋਪ, ਠੀਕ ਹੈ ਜੀ। ਇਹਦੇ ਵਿੱਚ ਲੈਂਜੋਸਕੋਪ ਵਿੱਚ ਕੀ ਹੈ, ਆਪਾਂ ਕੋਈ ਬਨੋਟੀ ਸਾਹ ਦੇ ਨਾਲ ਹੀ ਪਾਉਣੀ ਹੈ, ਠੀਕ ਹੈ ਜੀ। ਆਹ ਦੇਖ ਲਓ ਇਹਦੇ ਵਿੱਚ ਆਪਾਂ ਬਨੋਟੀ ਐਵੇਂ ਇੱਥੋਂ ਜਗਦੀ ਹੈ ਸਰ, ਇੱਥੋਂ ਅੰਦਰ ਆਪਾਂ ਪਾ ਕੇ ਨਾਲ ਹੀ ਪਾ ਸਕਦੇ ਹਾਂ, ਠੀਕ ਹੈ। ਇਹਦੇ ਵਿੱਚ ਜੀ ਸੈੱਲਾਂ ਵਾਸਤੇ ਉਹਨਾਂ ਕੋਲ ਪੈਸੇ ਨਹੀਂ ਕੰਪਨੀ ਕੋਲ, ਸਾਡੀ ZHL ਕੰਪਨੀ ਲਓ। ਆਹ ਦੇਖ ਲਓ ਜੀ, ਆਹ ਹਰ ਮਹੀਨੇ ਸਾਡਾ CL ਜਸਵਿੰਦਰ ਸਿੰਘ ਕਰਕੇ ਜਾਂਦੇ ਨੇ ਆਡਿਟ ਗੱਡੀ,
ਆਹ ਦੇਖ ਲਓ ਮੜਾ ਸੈੱਲਾਂ ਦਾ ਹਾਲ ਦਿਖਾ ਦਿਓ ਵੀ ਇਹਨੇ ਵਰਕ ਕੀ ਕਰਨਾ ਹੈ। ਠੀਕ ਹੈ ਜੀ, ਆਹ ਮੈਨੂੰ ਲੱਗਦਾ 12-13 ਹਜ਼ਾਰ 15 ਹਜ਼ਾਰ ਦਾ ਪੁਰਜਾ ਖਰਾਬ। ਲਓ ਜੀ ਅੱਗੇ ਹੋਰ ਦਿਖਾ ਦਿੰਦੇ ਹਾਂ ਤੁਹਾਨੂੰ, ਇਹ ਆ ਸ਼ੂਗਰ ਚੈੱਕ ਕਰਨ ਵਾਲੀ ਮਸ਼ੀਨ। ਇਹ ਸ਼ੂਗਰ ਚੈੱਕ ਕਰਨ ਵਾਲੀ ਮਸ਼ੀਨ, ਇਹਦੇ ਵਿੱਚ ਸਟ੍ਰਿਪਾਂ ਨਹੀਂ ਜੀ ਹੈਗੀਆਂ। ਠੀਕ ਹੈ, ਆ ਲਓ ਜੀ ਸਟ੍ਰਿਪਾਂ ਨਹੀਂ ਹੈਗੀਆਂ, ਇਕੱਲੀ ਮਸ਼ੀਨ ਦਿੱਤੀ ਹੈ, ਸਟ੍ਰਿਪਾਂ ਜਦੋਂ ਦੀਆਂ ਖਤਮ ਹੋ ਜਾਂਦੀਆਂ ਸਟ੍ਰਿਪਾਂ ਨਹੀਂ ਜੀ ਵਾਪਸ ਆਈਆਂ ਹੈਗੀਆਂ। ਉਸ ਤੋਂ ਬਾਅਦ ਇਹ ਤੁਸੀਂ ਸਾਰਾ ਹਾਲ ਚਾਲ ਜਾਣ ਲਿਆ। ਠੀਕ ਹੈ, ਹੁਣ ਕੰਪਨੀ ਦਾ ਇਹ ਹਾਲ ਦੇਖ ਲਓ, 1,45,000 ਰੁਪਇਆ ਇੱਕ ਗੱਡੀ ਦਾ ਹਰ ਮਹੀਨੇ ਦਾ ਲੈ ਰਹੀ ਹੈ। ਇਹਨਾਂ ਦੇ ਪੈਸੇ ਕੀ ਲਾਣੇ ਨੇ ਜਿਹੜੇ ਹਜ਼ਾਰਾਂ 'ਚ ਲੱਗਣਾ, ਜਿਹੜੇ 2-20 ਰੁਪਏ 10 ਰੁਪਏ ਲੈਟਾਂ 'ਤੇ ਲੱਗਣਾ। ਇਹ ਟੇਪਾਂ ਲਾ ਕੇ ਅਸੀਂ ਗੱਡੀ ਚਲਾ ਰਹੇ ਹਾਂ, ਲੈਟਾਂ ਜਗਾ ਰਹੇ ਹਾਂ, ਟੇਪਾਂ ਲਾ ਕੇ ਆ ਦੇਖ ਲਓ ਟੇਪਾਂ ਲੱਗੀਆਂ ਨੇ। ਠੀਕ ਹੈ, ਇਹਦੇ ਵਿੱਚ ਬਿਲਕੁਲ ਵੀ ਪੇਸ਼ੈਂਟ ਸਟੇਬਲ ਨਹੀਂ ਹੈਗਾ। ਜੇ ਕਿਸੇ ਨੇ ਜਾਣਾ ਹੈ ਤਾਂ ਹੱਥ ਜੋੜ ਕੇ ਬੇਨਤੀ ਹੈ, ਇਹ ਐਂਬੂਲੈਂਸ ਦਾ ਸਹਾਰਾ ਸਿਰਫ ਮਾੜੇ ਮੋਟੇ ਮਰੀਜ਼ਾਂ ਵਾਸਤੇ ਵੀ ਮਰੀਜ਼ ਲੈਣ। ਜੇ ਆਪਾਂ ਕਹਿ ਦਈਏ ਕੋਈ ਸੀਰੀਅਸ ਪੇਸ਼ੈਂਟ ਆਪਾਂ ਲੈ ਕੇ ਜਾਣਾ ਹੈ ਤੇ ਇਹਦੇ ਵਿੱਚ ਕੁਛ ਮਿਲ ਜਾਏਗਾ ਆਪਾਂ ਨੂੰ? ਇਹਦੇ ਵਿੱਚ ਕੁਛ ਨਹੀਂ ਮਿਲਣਾ, ਸਾਡੀ ਕੰਪਨੀ ਵੱਲੋਂ ਬਿਲਕੁਲ ਹੱਥ ਖੜੇ ਨੇ, ਅਸੀਂ ਪੈਸਾ ਨਹੀਂ ਲਾ ਸਕਦੇ। ਠੀਕ ਹੈ ਜੀ, ਉਸ ਤੋਂ ਬਾਅਦ ਅੱਗੇ ਸੁਣਨ ਵਾਲੀ ਗੱਲ ਸਭ ਤੋਂ ਮੇਨ ਵੀ ਜਿਹੜਾ ਪੇਸ਼ੈਂਟ ਨੇ ਆ ਕੇ, ਠੀਕ ਹੈ, ਇੱਥੋਂ ਆਪਾਂ ਲੈ ਗਏ ਉੱਥੇ ਜਾ ਕੇ ਉਤਾਰਨਾ ਪੇਸ਼ੈਂਟ, ਉਹ ਕੁੰਡੀ ਲੱਗੀ ਹੈ, EMT ਸਾਡੇ ਅੰਦਰ ਬੈਠਾ ਹੈ, ਕੁੰਡੀ ਖੋਲ੍ਹਣੀ ਕਿੰਨੇ ਆ? ਸਾਡੇ ਡਰਾਈਵਰ ਨੇ। ਉਹ ਡਰਾਈਵਰ ਕਿਵੇਂ ਖੋਲ੍ਹੇਗਾ? ਆ ਜਾਓ, ਤੁਹਾਨੂੰ ਇਹ ਵੀ ਦੱਸ ਦਿੰਦੇ ਆ, ਡਰਾਈਵਰ ਖੋਲ੍ਹੇਗਾ ਜੀ। ਆਹ ਦੇਖ ਲਓ ਕੁੰਡੀ ਦਾ ਹਾਲ, ਪਹਿਲਾਂ ਡਰਾਈਵਰ ਚੜ੍ਹਦਾ ਉੱਧਰੋਂ EMT ਸੀਟ ਵੱਲੋਂ, ਕਨੈਕਟਰ ਸੀਟ ਵੱਲੋਂ। ਠੀਕ ਹੈ, ਫਿਰ ਅੰਦਰਲੀ ਸਾਈਡ ਵੀ ਇਹ ਕੁੰਡੀ ਹੈ ਜਿਹੜੀ, ਇਹ ਖੁੱਲ੍ਹਦੀ ਨਹੀਂ ਜੀ, ਅੰਦਰਲੀ ਸਾਈਡ ਦੀ ਕੁੰਡੀ ਬਿਲਕੁਲ ਨਹੀਂ ਖੋਲ੍ਹਦੀ। ਠੀਕ ਹੈ, ਮਾੜਾ ਜਿਹਾ ਚਾਨਣਾ ਮਾਰੋ ਉੱਧਰ, ਥੋੜ੍ਹਾ ਜਿਹਾ ਉੱਪਰ ਦੀ ਲਿਆ ਕੇ ਟਾਕੀ ਖੋਲ ਕੇ। ਲਓ ਜੀ ਆਹ ਦੇਖ ਲਓ, ਇਹ ਸਾਡਾ ਜਿਹੜਾ ਡਰਾਈਵਰ ਹੈ ਉਹ ਵਿਚਾਰਾ ਇੱਧਰੋਂ ਚੜ੍ਹਦਾ ਹੈ EMT ਸੀਟ ਵੱਲੋਂ, EMT ਸੀਟ ਵੱਲੋਂ ਉੱਤਰਦਾ ਹੈ। ਆਹ ਲੋਕ ਜੇ ਕੋਈ ਕਹੇ ਵੀ ਹਾਂ ਵੀ ਆ ਲੋਕ ਕੁਛ ਕੀਤਾ ਹੈ, ਕੁਛ ਨਹੀਂ, ਇਹ ਟਾਕੀ ਬਿਲਕੁਲ ਉਹਨਾਂ ਨੇ ਪੱਕੀ ਫਿਕਸ ਕਰਤੀ ਹੈ ਵੀ ਡਰਾਈਵਰ ਉੱਧਰੋਂ ਹੀ ਚੜ੍ਹੇ, ਉੱਧਰੋਂ ਹੀ ਉੱਤਰੇ। ਠੀਕ ਹੈ ਜੀ, ਹੁਣ ਤੁਸੀਂ ਆਪ ਆਪਣਾ CM ਸਾਹਿਬ ਨੂੰ ਵੀ ਬੇਨਤੀ ਹੈ, ਤੁਸੀਂ ਆਪਣੇ ਨਾਲ ਇਹ ਗੱਡੀ VIP ਡਿਊਟੀਆਂ ਤੇ ਚਲਾਉਂਦੇ ਹੋ, ਆਪਣੇ 1 ਮਹੀਨੇ ਦੇ ਵਿੱਚ 2,000+ VIP ਡਿਊਟੀਆਂ ਤੇ ਚੱਲਦੀ ਹੈ, ਕਿਸੇ ਨਾ ਕਿਸੇ ਮੰਤਰੀ ਨਾਲ, CM ਸਾਹਿਬ ਨਾਲ, ਠੀਕ ਹੈ, ਹੋਰ ਜਿਹੜੇ VIP ਆਉਂਦੇ ਨੇ ਉਹਨਾਂ ਨਾਲ ਇਹ ਗੱਡੀ ਹਰ ਡਿਊਟੀ ਦੇ ਵਿੱਚ ਮੌਜੂਦ ਹੁੰਦੀ ਹੈ। ਤੁਸੀਂ ਦੇਖ ਵੀ ਸਕਦੇ ਹੋ ਕਦੀ ਵੀ VIP ਡਿਊਟੀ ਲੱਗੇਗੀ। ALS ਐਂਬੂਲੈਂਸ ਫਤਿਹਗੜ੍ਹ ਸਾਹਿਬ PV-5BA-0579 ਨੰਬਰ ਗੱਡੀ ਚੱਲਦੀ ਹੈ ਤੇ ਉਹਦਾ ਹਾਲ ਤੁਸੀਂ ਆਪ ਦੇਖ ਰਹੇ ਹੋ। ਧੰਨਵਾਦ CM ਸਾਹਿਬ ਨੂੰ, ਇਹ ਮੇਰੀ ਰਿਕੁਐਸਟ ਹੈ ਹੱਥ ਜੋੜ ਕੇ ਵੀ ਤੁਸੀਂ ਕੰਪਨੀ ਦੀ ਇਨਕੁਆਇਰੀ ਕਰਾਓ, ਦੇਖੋ 1,45,000 ਰੁਪਏ ਜਿਹੜਾ ਦਿੰਦੇ ਹੋ ਉਹ ਕਿੱਥੇ ਲਾਉਂਦੇ ਨੇ, ਕਿੱਥੇ ਨਹੀਂ ਲਾਉਂਦੇ। ਹਜੇ ਤਾਂ ਤੇਲ ਇਹਦੇ ਵਿੱਚ ਇੱਕ ਹੋਸਪਿਟਲ ਸਿਵਲ ਹੋਸਪਿਟਲ SM ਸਰ ਵੱਲੋਂ ਪਵਾਇਆ ਜਾਂਦਾ ਹੈ, ਜੇ ਇਹਦੇ ਵਿੱਚ ਤੇਲ ਵੀ ਉਹ ਪਵਾਉਂਦੇ ਹੁੰਦੇ ਤਾਂ ਇਹ ਹਾਲ ਹੋਰ ਥੋੜ੍ਹਾ ਜਿਹਾ ਉੱਪਰ ਚਲੇ ਜਾਣਾ ਸੀ। ਜਿਹੜੇ 500,000-2,000 ਰੁਪਇਆ ਜਿਹੜਾ ਵਾਧੂ ਦਾ ਉਹ ਬੇਕਾਰ ਉਹਨਾਂ ਦਾ ਜਾਣਾ ਸੀ ਜੀ, ਹੈਨਾ, ਉਹਨਾਂ ਨੂੰ ਤੇਲ ਆਪਣੇ ਪੱਲਿਓਂ ਪਵਾਉਣਾ ਪੈਣਾ ਸੀ। ਆਹ ਹਾਲਾਤ ਨੇ, ਆਹ ਇਹਨਾਂ ਨੇ ਆਪ ਲਾਈਟਾਂ ਲਵਾਈਆਂ ਸੀ। ਠੀਕ ਹੈ ਜੀ, ਇਹ ਕੰਪਨੀ ਲਾਈਟ ਲਵਾਈ ਹੈ, ਇਹ ਲਾਈਟਾਂ ਵੀ ਟੁੱਟ ਗਈਆਂ ਜੀ। ਆਹ ਲਾਈਟ ਦੇਖ ਲਓ, ਹੋਰ ਚੀਜ਼ ਇੱਕ ਸਾਹਮਣੇ ਲਿਆਉਣ ਵਾਲੀ ਹੈ। ਆਹ ਦੇਖ ਲਓ, ਆਪਾਂ ਕਹਿੰਦੇ ਹਾਂ ਜੀ ਨਵੀਆਂ ਐਂਬੂਲੈਂਸਾਂ ਦਿੱਤੀਆਂ ਨੇ, ਆਹ ਦੇਖੋ ਨਵੀਆਂ ਐਂਬੂਲੈਂਸਾਂ ਦੇ ਕਦੀ ਆਹ ਹਾਲ ਦੇਖੇ ਨੇ? ਆਹ ਤਰੇੜਾ ਪਈਆਂ ਦੇਖੇ ਨੇ ਕਿ ਨਵੀਆਂ ਐਂਬੂਲੈਂਸਾਂ ਦੇ? ਆਹ 20 ਮਾਡਲ ਐਂਬੂਲੈਂਸ ਹੈ ਸਰ, ਦੇਖ ਲਓ ਜੀ। ਹੁਣ ਆਪ ਹੀ ਹਿਸਾਬ ਲਾ ਲਓ ਵੀ ਕੀ ਬਣਦਾ ਹੈ, ਕੀ ਕਰ ਰਹੀ ਹੈ ਕੰਪਨੀ ਤੇ ਕੀ ਕਰ ਰਹੀ ਹੈ ਸਰਕਾਰ। CM ਸਾਹਿਬ ਨੂੰ ਦੁਬਾਰੇ ਫਿਰ ਬੇਨਤੀ ਹੈ ਵੀ ਇਹਨਾਂ ਵੱਲ ਧਿਆਨ ਦਿੱਤਾ ਜਾਵੇ,
ਇਹਨਾਂ ਜੋ ਵੀ ਕਾਰਵਾਈ ਹੈ ਜਲਦ ਤੋਂ ਜਲਦ ਕਾਰਵਾਈ ਕਰਕੇ ਹਰ ਪਾਸੇ ਬਲੈਕਲਿਸਟ ਹੋਈ ਕੰਪਨੀ ਨੂੰ ਦਵਾਈ ਇੱਧਰੋਂ ਪੰਜਾਬ ਵਿੱਚੋਂ ਵੀ ਬਲੈਕਲਿਸਟ ਕਰਕੇ ਇਹਨੂੰ ਬਾਹਰ ਕੱਢਿਆ ਜਾਵੇ। ਧੰਨਵਾਦ।